ਮੈਂ ਦੇਖਦੀ ਆ ਜੇ ਕੋਈ ਕੱਦੂ ਖੜਾ ਉਹ ਟਾਈਮ ਨਾਲ ਚੀਰ ਕੇ ਰੱਖ ਲਈਏ ਤੇ ਸੁਨੇਹਾ ਸਬਜ਼ੀ ਬਣ ਜਾਂਦੀ ਆ ਫਿਰ। ਜੇ ਹੁਣ ਪੈ ਗਈਆਂ ਨਾ ਕੇਰਾਂ ਪੈ ਜੇ ਬੰਦਾ ਉਹੀ ਹੋ ਜਾਂਦਾ ਕੇਰਾਂ ਸੌਂ ਕੇ। ਕੱਦੂ ਤਾਂ ਲੱਭਣਾ ਹੀ ਸੋਹਣੇ ਲੱਗੇ ਖੜੇ, ਆਹ ਵੀ ਲੱਗੇ ਪਏ ਛੋਟੇ ਕੱਦੂ ਵੀ। ਹੁਣ ਬੇਬੇ ਕਹਿੰਦੀ ਭਾਈ ਦੇਸੀ ਤੋੜ ਕੇ ਲਿਆ, ਮੈਨੂੰ ਤਾਂ ਅਸੀਂ ਇਹਨਾਂ ਦੀ ਬਣਾ ਲੈਂਦੇ ਸੁੱਕੀ ਜੀ ਵਧੀਆ ਬਣਦੀ। ਚੱਲ ਦੇਸੀ ਦੇਖ ਲੈਂਦੀ ਆ ਫਿਰ ਜੇ ਲੱਗਿਆ ਹੋਇਆ। ਹੁਣ ਤਾਂ ਲੱਗੇ ਪਏ ਕਈ ਕੱਦੂ ਲੱਗੇ ਪਏ, ਲੈ ਬੈਂਗਣੀ ਵੀ ਬਲਾਈ ਸੋਹਣੇ ਲੱਗੇ ਖੜੇ ਆ, ਪਰ ਬੇਬੇ ਨੀ ਨਾ ਖਾਂਦੀ। ਬੇਬੇ ਕਹਿੰਦੀ ਮੈਂ ਬੈਂਗਣੀ ਦੀ ਸਬਜ਼ੀ ਨੀ ਖਾਂਦੀ। ਦੇਖਦੀ ਆ ਭਾਈ ਆਹ ਵੱਡਾ ਕਿ ਉਹ ਵੱਡਾ, ਕਿਹੜਾ ਤੋੜਾ ਹੁਣ, ਇੱਕ ਹੋ ਪਿਆ ਇੱਧਰ। ਉਹ ਮਰ ਜਾ ਕਿਤੇ ਕੁਛ ਬੈਠਾ ਵੀ ਨਾ ਹੋਵੇ ਵਿੱਚੋਂ, ਤੇ ਬੱਲਾਂ ਦੇ ਵਿੱਚੋਂ ਹੀ ਆਵੜੀ। ਕੋਈ ਛੋਟੀ ਸਾਟੀ ਵੀ ਨੀ ਲੈ ਕੇ ਆਈ ਨਾਲ। ਲੈ ਉਹ ਫਿਰਦੀ ਆ ਹਰਪ੍ਰੀਤ ਭੈਣ ਪਤਾ ਨੀ ਅਤੇ ਆ ਗਿਆ। ਓਹੋ ਤੂੰ ਕਿੱਧਰ ਆਉਣੀ ਆ ਭੈਣੇ? ਹਰਪ੍ਰੀਤ ਭੈਣਾ ਇੱਥੇ ਕੀ ਕਰੀ ਜਾਂਦੀ ਆ? ਹਰ ਇੱਕ ਤੇਰੇ ਸਾਹਮਣੇ। ਅੱਛਾ ਕੱਦੂ ਤੋੜ ਹੀ ਆਨੀ ਆ? ਹੋਰ ਹੁਣ ਬੇਬੇ ਕਹਿੰਦੀ ਕਿ ਕੱਦੂ ਤੋੜ ਕੇ ਲਿਆ ਵੀ ਕੱਦੂ ਦੀ ਸਬਜ਼ੀ ਬਣਾਵਾਂਗੇ। ਚੱਲ ਚੰਗਾ ਫਿਰ। ਤੂੰ ਤਾਂ ਇੱਥੇ ਤੁਰੀ ਫਿਰਦੀ ਆਣੀ, ਬਿੰਦ ਆਰਾਮ ਕਰ ਲਾ, ਉੱਥੇ ਜਾ ਕੇ ਥੱਕੀ ਵੀ ਹੈਗੀ। ਆਰਾਮ ਤਾਂ ਕਰ ਲਾਂਗੇ ਹੁਣ, ਆਰਾਮ ਕਰਨ ਤੇ ਹੁਣ ਤਾਂ ਟਮਾਟਰ ਵੀ ਬਲਾਂ ਸੋਹਣੇ ਖੜੇ ਸੀਗੇ, ਲਾਲ ਲਾਲ ਹੋਏ ਖੜੇ ਸੀ। ਚੱਲ ਫੇਰ ਲੈ ਜਾਾਂਗੇ ਟਮਾਟਰ, ਫੇਰ ਲੈ ਜਾਾਂਗੇ ਤੋੜ ਕੇ, ਆਪਣੇ ਤੋੜ ਲਾਂਗੇ, ਆਪਣੇ ਤੋੜ ਲਾਂਗੇ ਜਦੋਂ ਟਾਈਮ ਜਾ ਲੱਗ ਗਿਆ ਉਦੋਂ ਤੋੜ ਲਾਂਗੇ। ਚੱਲ ਲੰਘ, ਤੈਨੂੰ ਤਾਂ ਨਾ ਗਗਨ ਪੈਣ ਦੀ ਹੋ ਜਾਂਦੀ ਆ, ਤੈਨੂੰ ਤਾਂ ਹੋਰ ਕੋਈ ਕੰਮ ਨਹੀਂ। ਪੈਣ ਦੀ ਗੱਲ ਨਹੀਂ ਹਰਪ੍ਰੀਤ, ਹੁਣ ਥੱਕੀਆਂ ਤਾਂ ਪਈਆਂ, ਤੜਕੇ ਦੀਆਂ ਤਾਂ ਆਪਾਂ 4 ਵਜੇ ਦੀਆਂ ਉੱਠੀਆਂ ਵਾਂਗਾ, ਕੰਮ ਕਾਰ ਸਾਰਾ ਹੁਣ ਤੱਕ ਹੁਣ ਮਸਾਂ ਨਹੀਂ ਬੜਿਆ ਗਾ। ਜੇ ਬਿੰਦ ਝੱਟ 12 ਵਜੇ ਤੱਕ ਆਰਾਮ ਕਰ ਲਾਂਗੇ, ਫਿਰ ਕੀ ਹੋਜੂ, ਫਿਰ ਚਾਹ ਪਾਣੀ ਦਾ ਟਾਈਮ ਹੋ ਜਾਊਗਾ। ਅੱਜ ਭੈਣੇ ਆਰਾਮ ਨਹੀਂ ਕਰ ਦੇਣਾ, ਅੱਜ ਕਦ ਨੀ ਆਰਾਮ ਕਰ, ਅੱਜ ਤਾਂ ਆਪਾਂ ਬੇਬੇ ਤੋਂ ਗੱਲਾਂ ਸੁਣਾਂਗੇ। ਨੀ ਬੇਬੇ ਦੀਆਂ ਗੱਲਾਂ ਉਹੀ ਗੱਲਾਂ ਬੇਬੇ ਦੀਆਂ, ਮੁੜ ਮੁੜ ਤੂੰ ਬੇਬੇ ਦੀਆਂ ਗੱਲਾਂ ਕੀ ਸੁਣੀਆਂ, ਬਿੰਦ ਝੱਟ ਆਰਾਮ ਕਰ ਲਾ ਆ ਜਾ। ਲੈ ਉਹੀ ਗੱਲਾਂ ਨੀ ਬੇਬੇ ਦੀਆਂ, ਅੱਜ ਤਾਂ ਬੇਬੇ ਤੋਂ ਬੇਬੇ ਦੇ ਵਿਆਹ ਮਕਲਾਵੇ ਦੀਆਂ ਗੱਲਾਂ ਸੁਣਾਂਗੇ ਵੀ ਬੇਬੇ ਤੇਰਾ ਵਿਆਹ ਕਿਵੇਂ ਹੋਇਆ ਸੀ, ਕਿੱਡੀ ਸੀਗੀ ਤੂੰ ਵਿਆਹ ਵੇਲੇ, ਤੇ ਤੇਰਾ ਮਕਲਾਵਾ ਕਦੋਂ ਦਿੱਤਾ ਸੀ? ਅੱਗੇ ਤਾਂ ਨਾ ਮਕਲਾਵੇ ਬਾਅਦ ਚ ਦਿੰਦੇ ਸੀ, ਆਪਾਂ ਤਾਂ ਹੀ ਨਹੀਂ ਪਤਾ ਵੀ ਪੁਰਾਣੇ ਵਿਆਹ ਕਿਵੇਂ ਹੁੰਦੇ ਸੀ। ਚੱਲ ਫਿਰ ਆ ਜਾ ਸੁਣ ਲੈਨੇ, ਮੈਨੂੰ ਤਾਂ ਕੁਛ ਨਹੀਂ ਪਤਾ ਆਪਣੇ ਪਹਿਲਾਂ ਕਿਵੇਂ ਹੁੰਦਾ ਸੀ, ਹੁਣ ਬੇਬੇ ਹੀ ਦੱਸੂਗੀ ਵੀ ਕਿਵੇਂ ਹੁੰਦੀਆਂ ਸੀ ਪੁਰਾਣੀਆਂ ਗੱਲਾਂ। ਚੱਲ ਆਪਾਂ ਨੂੰ ਕੀ ਪਤਾ ਆਪਣੇ ਵੇਲੇ ਤਾਂ ਆਹ ਕੰਮ ਚੱਲੇ ਪਿਆ ਹੁਣ। ਆਹੋ ਆਪਣੇ ਵੇਲੇ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਵਿਆਹ ਮੰਗਰੋਂ ਹੁੰਦਾ, ਤਲਾਕ ਪਹਿਲਾਂ ਹੋ ਜਾਂਦਾ, ਤਲਾਕ ਪਹਿਲਾਂ ਹੋ ਜਾਂਦਾ। ਹੁਣ ਤਾਂ ਉਹ ਕੰਮ ਹੈ ਭੈਣੇ, ਦੇਖ ਕਿੰਨਾ ਕਿੰਨਾ ਟਾਈਮ ਵੱਧ ਲਿਆਉਂਦੇ ਹੁੰਦੇ ਸੀ ਮਖੜਾਵਾ, 3-3 ਸਾਲ ਤੋਂ ਦੇਖ ਲਾ ਬੈਠੀਆਂ ਰਹਿੰਦੀਆਂ ਕੁੜੀਆਂ। ਨਾ ਇਹ ਤਾਂ ਤੂੰ ਕਹੀ ਜਾਂਦੇ ਕਿ ਮੈਨੂੰ ਕਾਸੇ ਬਾਰੇ ਪਤਾ ਨੀ, ਤੇ ਮਾੜੀ ਮੋਟੀ ਗੱਲ ਦਾ ਹੀ ਪਤਾ, ਮੈਨੂੰ ਇੰਨਾ ਨੀ ਪਤਾ ਹੈਗਾ, ਉਹ ਤਾਂ ਬੇਬੇ ਹੀ ਦੱਸੂਗੀ। ਚੱਲ ਫਿਰ ਬੇਬੇ ਤਾਂ ਹੁਣ ਮਾੜਾ ਮੋਟਾ ਸੁਣਦੇ ਹੀ ਰਹਿੰਦੇ ਆਗੇ, ਇੰਨਾ ਪਤਾ ਹੈ ਹਰੇਕ ਨੂੰ ਪਤਾ ਹੁੰਦਾ ਭੈਣੇ, ਐਂ ਤਾਂ ਹੁਣ ਉਹੀ ਗੱਲ ਮੋਬਾਈਲਾਂ ਚ ਦਿਖਾਈ ਜਾਂਦੇ ਆਪਾਂ ਉਹਤੇ ਦੇਖ ਲੈਂਦੇ ਆ, ਦੇਖ ਹੀ ਜਾਂਦੇ ਆ ਕਿੱਥੇ ਹੁਣ, ਕਿੱਥੇ ਮੂੰਹ ਜਵਾਨੀ ਹੈ ਬੇਬੇ ਦੇ ਮੂੰਹੋਂ ਗੱਲ ਸੁਣੀਏ ਆਪਾਂ, ਬੇਬੇ ਦੱਸੇ ਸਾਰਾ ਕੁਛ। ਚੱਲ ਬੇਬੇ ਦੀਆਂ ਗੱਲਾਂ ਸੁਣ ਲੈਨੇ ਅੱਜ, ਜੇ ਤੈਨੂੰ ਨਹੀਂ ਪਈ। ਚੱਲ ਐਂ ਕਰ, ਨਹੀਂ ਤਾਂ ਸਬਜ਼ੀ ਚੀਰਨੀ ਚੱਕ ਲਿਆ ਤੇ ਨਾਲੇ ਕਰਦ ਚੱਕ ਲਿਆ, ਨਹੀਂ ਤਾਂ ਕੱਦੂ ਚੀਰ ਲਾਂਗੇ ਬੈਠੀਆਂ ਬੈਠੀਆਂ, ਤੇ ਨਾਲੇ ਕਰਾਂਗੇ ਬੇਬੇ ਨਾਲ ਗੱਲਾਂ। ਚੱਲ ਮੈਂ ਲਿਆਉਂਦੀ ਆ ਤੇ ਝਾੜ ਲਾ ਨੂੰ ਮਾੜੇ ਜੇ। ਆ ਦੇਖ ਰੇਤਾ ਸੀ ਭੈਣੇ ਉੱਥੇ, ਤਾਂ ਪਹਿਲਾਂ ਪੋਚੇ ਲਾ ਕੇ ਉਹਦੇ ਨੂੰ ਫਿਰ ਆਪ ਹੀ ਲਵੇੜ ਦਾਂਗਾ। ਚੱਲ ਮੈਂ ਜਾਂਦੀ ਆ ਬੇਬੇ ਕੋਲੇ ਤੇ ਤੂੰ ਲਿਆ ਚੱਕ ਲਿਆਉਂਦੀ, ਮੈਂ ਲਿਆਵਾਂ ਤੈਨੂੰ ਕਿਹੜੀ ਧਿਆਉਗੀ, ਲੈ ਫੜ ਫਿਰ ਆ ਲੈ ਜਾ, ਮੈਂ ਫਿਰ ਹੁਣ ਉੱਥੇ ਲੈ। ਚੱਲ ਹੁਣ ਮੈਂ ਉਹਦੇ ਕੀ ਕਰਾਉਣਾ, ਐ ਬੈਠੀ ਐ ਲੈ ਤੇ ਫੜਾ ਉਹਦੇ ਕੱਦੂ, ਲੈ ਮੈਂ ਚੀਰ ਦਿੰਦੀ ਆ ਭੈਣੇ, ਲੈ ਚੀਰ ਲਾ ਫਿਰ। ਭਾਰ ਤਾਂ ਕਾਹਦਾ ਲੱਗਦਾ, ਮੈਂ ਤਾਂ ਉਹ ਗੱਲ ਕਰਦੀ ਆ ਖੈਣ ਲਈ ਬੈਠੀ ਹੈਗੀ। ਤੇ ਬੇਬੇ ਪਈ ਨੀ ਅੱਜ ਤੂੰ? ਨਾ ਮੈਂ ਤਾਂ ਬੈਠੀ ਆ, ਫਿਰ ਤੁਹਾਨੂੰ ਦੇਖਦੀ ਮੈਂ ਕਿੱਧਰ ਵਾਗ ਗਈ ਆ। ਫਿਰ ਅਸੀਂ ਤਾਂ ਇੱਧਰ ਬਾੜੀ ਚ ਵਾਗ ਗਏ ਬੇਬੇ, ਕੱਦੂ ਤੋੜ ਕੇ ਲਿਆਈ ਆ। ਤੂੰ ਕਹੀ ਸੀ ਕਿ ਦੇਸੀ ਕੱਦੂ ਦੀ ਸਬਜ਼ੀ ਖਾਣੀ ਆ, ਭਈ ਬਣਾ ਕੇ ਦਿਓ। ਹਾਂ ਤੂੰ ਬੈਂਗਣੀ ਤਾਂ ਗਰਮ ਹੁੰਦੀ ਆ, ਇਹ ਦੇਸੀ ਕੱਦੂ ਠੰਡਾ ਹੁੰਦਾ ਅੱਜ ਕੱਲ, ਕੱਦੂ ਦੀ ਦਾਲ ਖਾਣੀ ਚਾਹੀਦੀ ਆ ਵੱਧ। ਠੀਕ ਆ ਬੇਬੇ, ਤਾਂ ਹੀ ਤਾਂ ਮੈਂ ਕੱਦੂ ਤੋੜ ਕੇ ਲਿਆਈ, ਮੇਰੇ ਤਾਂ ਜੀ ਬੈਂਗਣੀਆਂ ਨੂੰ ਕਰਦਾ ਸੀ, ਫਿਰ ਮੈਂ ਕਿਹਾ ਬੇਬੇ ਕਹਿੰਦੀ ਸੀ ਕੱਦੂ ਤੋੜ ਲਿਆ, ਮੈਂ ਕੱਦੂ ਤੋੜ ਲੈਣੇ। ਹੋਰ ਇਹ ਬੈਂਗਣ ਤਾਂ ਗਰਮ ਹੁੰਦੇ ਨਾ। ਚੱਲ ਕੋਈ ਨੀ ਬੇਬੇ, ਤੇ ਮੈਂ ਤੇਰੇ ਨਾਲ ਇੱਕ ਗੱਲ ਪੁੱਛਣੀ ਸੀ ਤੈਨੂੰ।
ਬੁਰਾ ਤਾਂ ਨੀ ਮੰਨਦੀ? ਬੁਰਾ ਤਾਂ ਕਾਹਦਾ ਮੈਨੂੰ ਪੁੱਤ, ਜੇ ਕੋਈ ਚੰਗੀ ਗੱਲ ਹੋਈ। ਗੱਲ ਤਾਂ ਚੰਗੀ ਵੀ ਹੈ, ਗੱਲ ਤਾਂ ਵੇ ਅਸੀਂ ਐ ਕਰਦੀਆਂ ਤੇ ਤੁਸੀਂ ਪੁਰਾਣੀਆਂ ਗੱਲਾਂ ਪੁੱਛਣਾ ਚਾਹੁੰਦੀਆਂ ਵੀ ਤੇਰਾ ਵਿਆਹ ਮਕਲਾਵਾ ਕਿਵੇਂ ਹੋਇਆ ਸੀ, ਤੂੰ ਕਿੱਡੀ ਕੁ ਸੀ ਉਦੋਂ? ਹੋਰ ਤੂੰ ਤਾਂ ਹੋਰ ਹੀ ਮਾਰਦੀ ਆ ਫੜਾ ਸੋਟਾ ਫਿਰਦੀ ਫਿਰਦੀ। ਫਿਰ ਕਿੰਨੀ ਬਰਾਤ ਜਾਂਦੀ ਸੀ? ਬਥੇਰੀ ਬਰਾਤ ਜਾਂਦੀ, ਅੱਠ ਅੱਠ ਦਿਨ ਰਹਿੰਦੀ। ਅੱਠ ਅੱਠ ਦਿਨ? ਹਾਂ ਬੀਬੀ, ਇੰਨੇ ਦਿਨ ਸਾਂਭਦੇ ਕਿਵੇਂ ਸੀ? ਬਥੇਰਾ ਸਾਂਭਲਾਦੇ ਸੀ, ਅੱਗੇ ਬੇਰੇ ਚੰਗੇ ਸੀ ਪੁੱਤ, ਸੱਤ ਯੁਗ ਸੀ, ਹੁਣ ਤਾਂ ਕਲ ਯੁਗ ਆ। ਹਾਂ ਲੈ ਹੁਣ ਤਾਂ ਬੇਬੇ ਉਹੀ ਗੱਲ, 8 ਘੰਟਿਆਂ ਚ ਬੁਰਾ ਹਾਲ ਕਰਿਆ, 8 ਘੰਟੇ ਨਹੀਂ ਸਾਂਭ ਸਕਦਾ, ਉਹ ਵੀ ਲੜ ਕੇ ਪਹਿਲੀ ਭੱਜ ਲਾਂਦੇ। ਹੁਣ ਕਿੱਥੇ ਉਹ ਟਾਈਮ ਰਹਿ ਗਏ? ਤੇ ਫਿਰ 8 ਦਿਨ ਕੋਈ ਲੜਦਾ ਲੁੜਦਾ ਨਹੀਂ ਸੀ? ਨਾ ਕੋਈ ਨਹੀਂ ਲੜਦਾ ਸੀ ਪੁੱਤ, ਜਮਾ ਵੀ। ਤੇ ਬਰਾਤੀਆਂ ਦੀ ਕਿੰਨੀ ਕੁ ਸੇਵਾ ਕਰਦੇ ਸੀ? ਬਥੇਰੀ ਸੇਵਾ ਕਰਦੇ, ਆ ਜਾ ਲੱਗਦਾ 8-8 ਦਿਨ ਹੀ ਵਿਆਹ ਰਹਿੰਦੇ ਤੇ 8 ਦਿਨ ਹੀ ਮੇਲ ਗੇਲ ਰਹਿੰਦਾ। ਚੱਲ ਮੇਰੇ ਭਾਈ, ਵਿਆਹ ਤਾਂ ਸੀਗਾ, 8 ਦਿਨ ਨਹਾਈ ਧੋਈ ਕਰਦੇ, ਦੂਜੇ ਦਿਨ ਆਨੰਦ ਕਰਦੇ। ਅੱਛਾ, ਹੁਣ ਤਾਂ ਉਹਦੀ ਨਹਾਈ ਧੋਈ ਜਦੋਂ ਬਰਾਤ 8 ਦਿਨ ਰਹਿੰਦੀ ਸੀ ਆ ਕੇ, ਤੇ ਆਨੰਦ ਜਾਣ ਸਾਰੀ ਹੋ ਜਾਂਦੀ ਕਿ 8 ਦਿਨਾਂ ਬਾਅਦ ਦਿੰਦੇ ਸੀ? ਹਾਂ ਆਨੰਦ ਤਾਂ ਫੇਰ ਹੀ ਕਰਦੇ ਆਉਣ ਵੇਲੇ। ਹਾਂ ਅੱਛਾ, ਇੰਨੇ ਦਿਨ ਉਹੀ ਰਹਿੰਦੇ ਜਾ ਕੇ? ਬੈਠੇ ਰਹਿੰਦੇ ਇੰਨੇ ਦਿਨ ਬਰਾਤੀ। ਨਵੇਂ ਵੀ ਅੱਗੇ ਫਿਰ ਐ ਕਿਉਂ ਰੱਖਦੇ ਸੀ ਇੰਨੇ ਇੰਨੇ ਦਿਨ? ਅੱਗੇ ਬਸ ਟਾਈਮ ਚੰਗੇ ਸੀਗੇ, ਬਸ ਰਿਵਾਜ ਐ ਸੀ ਉਦੋਂ, ਐ ਬੈਠੇ ਰਹਿੰਦੇ 8-8 ਦਿਨ। ਤੇ ਫਿਰ ਉਹ ਮਠਿਆਈ ਕਿਹੜੀ ਚੱਲਦੀ ਸੀਗੀ? ਮਠਿਆਈ ਤਾਂ ਆਹੀ ਸੀ, ਉਹ ਤਾਂ ਲੱਡੂ ਜਲੇਬੀਆਂ, ਬਰਾਤ ਵਾਲੇ ਲੱਡੂ ਜਲੇਬੀਆਂ ਖਾ ਲਾ। ਲਹੱਦ ਹੋਈ ਪਈ ਬਣਾ ਵੀ ਨੀ ਸੀ ਆਉਂਦਾ, ਹੁਣ ਤਾਂ ਇੰਨੀ ਮਹਿੰਗੀ ਮਿਠਾਈ ਭਾਲਦੇ ਆ। ਆਹੀ ਬਸ ਮਠਿਆਈ ਹੁੰਦੀ ਉਦੋਂ ਤਾਂ। ਗਾਗਨ ਦੇਖ ਲਾ ਮੈਨੂੰ ਕਹਿੰਦੀ ਕਿ ਬੇਬੇ ਕੀ ਗੱਲਾਂ ਸੁਣਾਊਗੀ, ਆ ਹੁਣ ਸੁਣ ਲਾ ਬੇਬੇ ਦੀਆਂ ਗੱਲਾਂ, ਹੁਣ ਕੋਈ ਜਵਾਬ ਦੇ ਦੇ ਬੇਬੇ, ਤੇ ਸੁਣ ਪੁੱਛ ਲਾ ਹੁਣ ਤੂੰ ਵੀ ਬੇਬੇ, ਦੱਸ ਦੇ ਪੁਰਾਣੀਆਂ ਗੱਲਾਂ ਤੂੰ ਵੀ। ਆਹੀ ਸੀ ਪੁੱਤ, ਕਿਹੜਾ ਪੁਰਾਣੀਆਂ ਆਸ ਵੀ ਅੱਗੇ ਆ ਪਾਉਂਦੇ, ਤੂੰ ਮਾਂ ਵੀ ਆਏ ਹੁੰਦੀਆਂ ਸੱਗੀ ਫੁੱਲ ਹੁੰਦੇ ਬੁੜੀਆਂ ਦੇ, ਹੁਣ ਤਾਂ ਦੇਖ ਕੋਈ ਕੋਈ ਪਾਉਂਦਾ ਹੀ, ਤੂੰ ਮਾਂ ਸਰ ਤਾਂ ਕੋਈ ਪਾਉਂਦਾ ਹੀ ਨੀ, ਉਹ ਤਾਂ ਬਾਏ ਮੋਹਰਾਂ ਹੁੰਦੀਆਂ, ਮੋਹਰਾਂ ਕੰਠੇ ਪਾਉਂਦੇ ਅੱਗੇ ਮੁੰਡੇ ਵੀ। ਅੱਛਾ, ਕੰਠੇ ਪਾਉਂਦੇ ਹੁੰਦੇ? ਹਾਂ। ਤੇ ਸੂਈਆਂ ਵੀ ਲਾਉਂਦੇ ਹੁੰਦੇ ਸੀ ਚੈਂਬਰ ਸੂਈਆਂ? ਨਾ, ਇਹ ਤਾਂ ਹੁਣ ਰਿਵਾਜ ਹੋਇਆ ਸੀ ਮਗਰੋਂ। ਅੱਛਾ, ਮੈਂ ਕਿਤੇ ਉਦੋਂ ਰਿਵਾਜ ਸੀ ਨਾ, ਤਾਂ ਸੱਗੀ ਫੁੱਲਾਂ ਦਾ ਰਿਵਾਜ ਸੀ, ਸੱਗੀ ਫੁੱਲਾਂ ਦਾ ਰਿਵਾਜ ਸੀਗਾ। ਹਾਂ ਤੇ ਫਿਰ ਹੋਰ ਕੀ ਪਾਉਂਦੇ ਸੀ ਤੇਰੇ ਕੋਲ? ਸੀਗੇ ਵੀ ਸੱਗੀ ਫੁੱਲ? ਨਾ, ਮੈਨੂੰ ਤਾਂ ਧੋਏ ਨੀ ਕਿਸੇ ਨੇ ਸੱਗੀ ਫੁੱਲ, ਮੈਂ ਤਾਂ ਬੁੜੀ ਸੱਸ ਖਰਾਬ ਸੀਗੀ। ਤੇ ਫਿਰ ਹੋਰ ਤੈਨੂੰ ਕੀ ਪਾਇਆ ਸੀ? ਮੈਨੇ ਤਾਂ ਉਹ ਵਿਆਹ ਲਿਆਏ ਸੀ, ਬਿਨਾਂ ਸੱਗੀ ਫੁੱਲਾਂ ਤੋਂ ਹੀ। ਕੀ ਗੱਲ ਆ? ਹੋਰ ਫਿਰ ਤਾਂ ਕਿਹਾ ਨਾ ਵੀ ਭਾਈ ਸੱਗੀ ਫੁੱਲ ਲੈ ਕੇ ਆਓ, ਮੈਂ ਤਾਂ ਫਿਰ ਆਨੰਦ ਕਰਾਂਗਾ। ਉਹ ਤਾਂ ਬੋਲਦੀਆਂ ਹੀ ਨਾ ਆਉਂਦੀਆਂ, ਉਹ ਤਾਂ ਕਿੱਥੇ ਬੋਲਦੀਆਂ ਸੀ। ਨਹੀਂ ਫਿਰ ਜਿਹੜੀ ਕੋਈ ਵਿਚੋਲਣ ਸੀ ਤੇਰਾ ਰਿਸ਼ਤਾ ਕਰਾਇਆ ਸੀ, ਉਹਦਾ ਵੀ ਹੱਕ ਬਣਦਾ ਟੂਮਾ ਪਵਾਉਣ ਦਾ? ਉਹ ਬਸ ਅੱਗੇ ਕਹਿੰਦੇ ਵੀ ਅੱਗੇ ਤਾਂ ਬਾਹਰ ਵੀ ਹੁੰਦੀਆਂ ਕੁਛ, ਅੱਜ ਟੂਮਾ ਦਾ ਪਾਉਂਦੇ ਹੁੰਦੇ। ਹਾਂ, ਬਥੇਰੀਆਂ ਮੋਹਰਾਂ ਪਾਈਆਂ ਸੀ ਮੈਨੂੰ। ਅੱਛਾ, ਮੋਹਰਾਂ ਪਾਈਆਂ ਸੀ? ਹਾਂ, ਮੋਹਰਾਂ ਤੇ ਮੋਹਰਾਂ ਸੀ, ਕਲਿੱਪ ਪਾਏ ਸੀ ਮੈਨੂੰ ਤਾਂ। ਮੋਹਰਾਂ ਤੇ ਸੀ ਬੇਬੇ? ਮੋਹਰਾਂ ਸੀਗੇ ਸੱਤ, ਸੱਤ ਹੀ ਹੁੰਦੀਆਂ? ਹਾਂ, ਸੱਤ ਮੋਹਰਾਂ ਸੀ। ਅੱਛਾ, ਤੇ ਕਲਿੱਪ ਪਾਦੇ ਸੀ ਫਿਰ ਮੈਨੂੰ ਤਾਂ। ਅੱਛਾ, ਕਲਿੱਪ ਪਾਉਂ ਕਿਵੇਂ ਲਾਉਂਦੀ ਹੁੰਦੀ ਕਲਿੱਪਾਂ? ਮੈਂ ਤਾਂ ਇੱਕ ਪਾਸੇ ਲਾਉਂਦੀ,
ਚੀਰ ਕੱਢ ਕੇ ਸਾਈਡ ਤੇ ਲਾ ਲਾਂਗੇ। ਹਾਂ ਮੇਰੀ ਜਠਾਣੀ ਲਾਉਂਦੀ ਦੋਨੇ ਪਾਸੇ। ਅੱਛਾ ਮੈਂ ਇੱਕ ਪਾਸੇ ਲਾਉਂਦੀ। ਤੇਰੇ ਤਾਂ ਬੜੇ ਸੋਹਣੇ ਲੱਗਦੇ ਹੋਣਗੇ ਨਾ। ਹਾਂ ਮੈਂ ਤਾਂ ਫਿਰ ਸੋਹਣੀ ਬਾਹਲੀ ਸੀ ਫੇਰ। ਹਾਂ ਤੇ ਮੈਂ ਤਾਂ ਇੱਕ ਪਾਸੇ ਲਾਉਂਦੀ ਤੇ ਉਹ ਗਾ ਗਾਣੇ ਵੀ ਗਾਉਂਦੇ ਗਾ ਕਲਾਕਾਰ ਆਕੇ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਸਹੁਰੇ ਵੱਲੋਂ ਘੁੰਡ ਕੱਢਦੀ। ਵਾਹ ਬੇਬੇ ਤੂੰ ਗੀਤ ਵੀ ਜਾਣਦੀ, ਮੈਨੂੰ ਤਾਂ ਸੀ ਬੇਬੇ ਕੁਛ ਜਾਣਦੇ ਕੋਈ ਨਾ ਪੁੱਤ ਜਾਣਦੇ ਹੁਣ ਤਾਂ ਉਹ ਲੱਗਦੇ ਆ ਬੁੜੇ ਅਜੇ ਇੱਕ ਲੱਕੜੇ ਗਾਗਨ ਹੁਣ ਕੋਈ ਲਾਉਂਦਾ ਕਲਿੱਪ ਹੁਣ ਤਾਂ ਬੇਬੇ ਲਾਉਂਦੀਆਂ ਤਾਂ ਹੈਗੀਆਂ ਕਿ ਲਾਉਂਦੀਆਂ ਤਾਂ ਮੁੱਲ ਦੇ ਲਿਆ ਕੇ ਲਾ ਲਾਉਂਦੀਆਂ। ਆਹ ਉਹ ਤਾਂ ਸਿਆਣਾ ਦਾ ਹੈ ਨਹੀਂ ਕਿਸੇ ਕੋਲ, ਹੁਣ ਤਾਂ ਮੁੱਲ ਦੇ ਲਾਉਂਦੀਆਂ। ਬੇਬੇ ਜੇ ਸਾਨੂੰ ਤੂੰ ਇੱਕ ਜੋੜੀ ਕਲਿੱਪਾਂ ਦੀ ਕਰਾ ਦੇ ਮੈਨੂੰ ਤੇ ਗਾਗਨ ਨੂੰ ਪੁੱਛ ਲਾਂਗੇ ਗੁਰਲਾਲ ਨੂੰ ਕਰਾ ਦੇਵਾਂਗੇ। ਹੋਰ ਜੀ ਕਲਿੱਪ ਹੋਣੇ ਸਾਡੇ ਕੋਲੇ ਨਾ, ਅਸੀਂ ਬੇ ਇੱਕ ਪਾਸੇ ਲਾ ਕੇ ਦੇਖੀਏ ਜਿਵੇਂ ਤੂੰ ਲਾਉਂਦੀ ਸੀ। ਆਹੋ ਲਾ ਕੇ ਦੇਖ ਦੇਖ ਲਿਆ ਕਰੋ ਲਾ ਕੇ, ਜੇ ਲਾ ਲਿਆ ਕਰੋਗੇ ਤਾਂ ਹੁਣ ਦਿਖਾ ਦੋ ਕਿਹੜੇ ਕਲਿੱਪ ਹੁੰਦਾ ਚੁੰਡੀਆਂ ਦਾ ਟੰਗ ਦੇ ਨੇ ਕਿੱਲੇ ਤੇ ਲਾ ਕੇ। ਬੇਬੇ ਕਿੱਥੇ ਡੰਗੀਆਂ ਨੇ ਕੁੱਤੇ ਤਾਂ ਲਈ ਫਿਰਦੀਆਂ, ਅੱਗੇ ਤਾਂ ਸਹੁਰੇ ਤੋਂ ਘੁੰਡ ਕੱਢਦੇ ਆ ਨੂੰਹਾਂ ਬਾਬੇ ਪਰਖ ਪੈਂਦੀ ਵੀ ਆਹ ਨੂੰਹਾਂ ਆਤੀ ਹੈ ਘਰੇ। ਫਿਰ ਅੱਗੇ ਤਾਂ ਹੈਗੀ ਆ ਕੋਈ, ਫਿਰ ਮੰਨਦੀ ਆ ਮੈਂ ਅੱਗੇ ਪੁਰਾਣੇ ਵੇਲੇ ਸੀ ਚੰਗੇ ਵੇਲੇ ਸੀ ਅੱਗੇ ਤਾਂ ਘੁੰਡ ਕੱਢ ਕੇ ਗੱਲ ਚੀਜ਼ ਫੜਾ ਦਿੰਦਾ, ਮੇਰੇ ਵਰਗੀ ਤਾਂ ਘੁੰਡ ਕੱਢਿਆ ਹੋਵੇ ਚੀਜ਼ ਤਾਂ ਰਾਜੀ ਡੋਲਿਆ ਕੱਲਾ ਘੁੰਡੀ ਪੱਲੇ ਰਹਿ ਜੇ ਫਿਰ ਕੁੜੀ ਦੇ ਵੀ ਗਲ ਚ ਚੁੰਨੀ ਪਾਈ ਤੇ ਨੂੰਹ ਦੇ ਵੀ ਪਾਈ। ਹੁਣ ਕੋਈ ਪਤਾ ਨੀ ਲੱਗਦਾ, ਹੁਣ ਤਾਂ ਨੂੰਹ ਸੱਸ ਸਹੁਰੇ ਦੇ ਮੰਜੇ ਤੇ ਬੈਠੀਆਂ ਰਹਿੰਦੀਆਂ ਨੂੰਹਾਂ, ਅੱਗੇ ਮੰਜੇ ਤੇ ਨਾ ਬਹਿੰਦੀਆਂ ਵੱਡੇ ਬੰਦੇ ਦੇ। ਕੀ ਗੱਲ ਬੇਬੇ, ਬੁਰਾ ਤਾਂ ਮੰਨਦੇ ਸੀ ਨਾ, ਅੱਗੇ ਨੀ ਬੁੱਤਾ ਉਹ ਕਰਦੇ ਸੀਗੇ, ਹੁਣ ਨਾ ਸਹੁਰਾ ਨੇ ਮੰਜੇ ਤੇ ਸਹੁਰਾ ਚੁੱਲ੍ਹੇ ਤੇ ਨਾ ਚੜ੍ਹਦਾ ਵੀ ਨੂੰਹ ਫਿਰਦੀ ਆ। ਲੈ ਪਹਿਲਾਂ ਨੇ ਤਾਂ ਅੱਡੀ ਰਿਵਾਜ਼ ਸੀ ਹਨਾ, ਹਾਂ ਪਹਿਲਾਂ ਤਾਂ ਬਾਹਲੇ ਵਧੀਆ ਰਿਵਾਜ਼ ਸੀ, ਹੁਣ ਤਾਂ ਕਿਹੜੇ ਰਿਵਾਜ਼। ਤਾਂ ਹੀ ਬੇਬੇ ਇਹੀ ਗੱਲ ਸੰਗ ਸੀ ਲੋਕਾਂ ਚ, ਲੜਦੇ ਨੀ ਸੀ ਹੁਣ ਸੰਗ ਰਹੀ ਨੀ ਪੁੱਤ, ਹੁਣ ਤਾਂ ਅਗਲੀ ਸਹੁਰੇ ਨੂੰ ਵੀ ਸਿੱਧਾ ਬੋਲਦੀ ਸੱਸ ਨੂੰ ਵੀ ਸਿੱਧਾ ਬੋਲਦੀ, ਸੱਸ ਨੂੰ ਵੀ ਸਿੱਧਾ ਬੋਲਦੀ, ਅੱਗੇ ਝੇਫ ਰਹਿੰਦੀ ਸਹੁਰੇ ਦੀ, ਸਹੁਰਾ ਚੁੱਲ੍ਹੇ ਤੇ ਨਾ ਆਉਂਦਾ ਨੂੰਹ ਨੂੰ ਬੁਲਾਉਂਦਾ ਨਾ, ਨੂੰਹ ਘੁੰਡ ਕੱਢ ਕੇ ਰੱਖਦੀ ਮੋਬਾਈਲਾਂ ਤੇ ਦੇਖੀ ਜਾਂਦੇ ਆ, ਕੰਜਰੀਆਂ ਨੱਚਦੀਆਂ ਇਹਨਾਂ ਨੂੰ ਦੇਖੀ ਜਾਂਦੇ ਆ, ਉਹ ਚੁੰਨੀਆਂ ਨੀ ਲੈਂਦੀਆਂ ਸਿਰਾਂ ਤੇ, ਆਹੋ ਬਸ ਫਿਰ ਉਵੇਂ ਕੁੜੀਆਂ ਕਰ ਲੈਂਦੀਆਂ, ਕੁੜੀਆਂ ਚੁੰਨੀਆਂ ਨੀ ਲੈਂਦੀਆਂ ਪੜਾਈਆਂ ਕਾਲਜਾਂ ਚ ਵਗ ਜਾਂਦੀਆਂ, ਬੁੜਾ ਤੇ ਸਾਰਾ ਟੱਬਰ ਸਮਾ ਲੋ ਨਾ ਇੱਕੋ ਰੰਗ ਦੇ ਸਾਰੇ, ਸਾਰੇ ਇੱਕੋ ਰੰਗ ਦੇ ਪਾ ਲੈ, ਹੁਣ ਤਾਂ ਉਹੀ ਗੱਲ ਲੀੜਾ ਕੱਪੜਾ ਲੈਣ ਵਗ ਜਾ, ਪਹਿਲੀ ਗੱਲ ਤਾਂ ਇੱਕ ਦੂਜੇ ਦੇ ਲਿਆਂਦੇ ਦੂਜੇ ਦੇ ਪਸੰਦ ਨੀ ਆਉਂਦੇ, ਆ ਗਾਗਲ ਨੂੰ ਮੈਂ ਛੂਟ ਲਿਆ ਕੇ ਦਿੱਤਾ ਸੀ ਉਹਨੂੰ, ਗਾਗਲ ਕਹਿੰਦੀ ਮੇਰੇ ਤਾਂ ਫਿੱਟ ਨੀ ਬਣੇ ਮੈਨੂੰ ਤਾਂ ਹੋਰ ਲਿਆਉਂਗੀ, ਮੈਂ ਤਾਂ ਮੋੜ ਕੇ ਵਾਕੇ ਮੋੜ ਤਾਂ ਇੱਕ ਵਾਰੀ ਪਾ ਕੇ ਵਾਂਗ ਗਏ, ਦੂਜਾ ਸੂਟ ਪਾਉਂਦੇ ਨੀ, ਅੱਗੇ ਤਾਂ ਕੇ ਮੈਂ ਪਾਇਆ ਸੀਗਾ ਪਹਿਲਾਂ, ਹਾਂ ਹੋਰ ਤਾਂ ਮੈਂ ਤਾਂ ਨਵਾਂ ਸਮਾਉ, ਮੇਰੇ ਸੂਟ ਤਾਂ ਹੁਣ ਬਥੇਰੇ ਪੈਨ ਮਾਰੀ ਭਰੀ ਪਈ ਹੈ, ਜਦੋਂ ਇੱਕ ਵਾਰੀ ਪਾ ਲੈਣਾ ਅਗਲੀ ਮੁੜਕਿਆਂ ਕਹਿ ਦੇਣੀ ਹੈ ਕੁੜੇ ਤੈਂ ਮੁੜ ਕੇ ਸੂਟ ਹੀ ਨੀ ਸਵਾ, ਉਹੀ ਪਾਇਆ ਤੇਰੇ 2 ਸਾਲਾਂ ਦਾ, ਹਾਂ ਇਹ ਤਾਂ ਤੇਰੇ ਅੱਗੇ ਹੀ ਪਾਇਆ ਸੀ ਪਹਿਲਾਂ, ਪਾਣੀ ਵਾਂਗੂ ਲਾਈ ਜਾਂਦਾ, ਚੋਰੀ ਹੋ ਗਈ ਉੱਥੇ ਠੱਗੀ ਹੋ ਗਈ, ਅੱਗੇ ਆਏ ਨੀ ਸੀਗਾ।
ਫਿਰ ਅੱਗੇ ਬੇਲ ਚੰਗੇ ਸੀ, ਪੈਸਾ ਵਾਧੂ ਸੀ ਲੋਕਾਂ ਕੋਲੇ। ਚੱਲ ਇਹ ਗੱਲਾਂ ਤਾਂ ਹੁਣ ਛੱਡ ਆਪਾਂ ਬਹੁਤ ਕਰ ਲਈਆਂ। ਮੈਂ ਤੈਨੂੰ ਮਕਲਾਵਾ ਪੁੱਛਦੀ ਹਾਂ, ਤੇਰਾ ਮਕਲਾਵਾ ਹੋ ਜੀ ਜੇ ਤਾਂ ਅਸੀਂ ਨਾਲ ਦੀ ਨਾ ਨਾ ਪੁੱਤ ਮੈਂ ਤਾਂ 5 ਸਾਲ ਵਾਂਗੂ ਤੋ ਰਿਹਾ ਸੀ। 5 ਸਾਲ? ਹਾਂ 5 ਸਾਲ ਤੂੰ ਉੱਥੇ ਪਿੰਡ ਹੀ ਰਹੀ ਮੈਂ ਤਾਂ ਆਪਦੇ, ਤੇ 5 ਸਾਲਾਂ ਬਾਅਦ ਲੈ ਆਏ ਤੇਰੇ ਬਾਬਾ ਮੈਨੂੰ। ਤੇ ਫਿਰ 1 ਸਾਲ ਕਾਹਤੋਂ ਕੱਢਦੇ ਅੱਗੇ? ਹੁਣ ਤਾਂ ਬੇਬੇ ਉਹੀ ਗੱਲ ਜਿਵੇਂ ਕਹਿੰਦੇ ਨੇ 5 ਦਿਨਾਂ ਚ ਤਾਂ ਹੁਣ ਅਗਲੀ ਕੁੜੀ ਤਲਾਕ ਦੇ ਕੇ ਉੱਡ ਜਾਂਦੀ ਹੈ। ਹਾਂ ਰਹੇ ਕਿ ਵੀ ਮੇਰੇ ਤਾਂ ਇਹ ਸਹੁਰੇ ਪਸੰਦ ਨਹੀਂ। ਪਸੰਦ ਨੀ, ਅੱਗੇ ਤਾਂ ਆਏ ਸੀ ਪੁੱਤ, 2-3 ਮਹੀਨੇ ਲਿਆਉਂਦੇ ਨਾ ਜਿਹਦੇ ਊ ਵੀ ਆ ਜਾਂਦੀਆਂ ਬੁੜੀਆਂ ਸਹੁਰੀ ਸਹੁਰਿਆਂ ਤੋਂ ਪੇਕੀ, ਤੇ 3-3 ਮਹੀਨੇ ਲਾ ਕੇ ਜਾਂਦੀਆਂ। ਮੈਂ ਤਾਂ ਆਪ 3 ਮਹੀਨੇ ਲਾ ਕੇ ਆਉਂਗੀ, ਫਿਰ ਪੁਰਾਣਾ ਰਿਵਾਜ ਤੋਰਨਾ ਨੇ ਮੈਨੂੰ ਭੇਜ ਦੇਗੀ? ਹਾਂ ਭੇਜ ਦੂ ਪੁੱਤ ਮੈਂ ਤਾਂ, ਲੈ ਪੁੱਛ ਕੇ ਜਿਹੜਾ ਜੀ ਨੀ ਲੱਗਣਾ ਆਪਦੇ ਹੀ ਤੇਰੇ ਮੁੰਡੇ ਨੂੰ ਪੁੱਛ ਕੇ ਦੇਖੀ, 3 ਮਹੀਨੇ ਭੇਜ ਦੂ ਸਹੁਰਿਆਂ ਬਿਨਾਂ ਜੀ ਨੀ ਲਾਉਂਦੀਆਂ। ਹੁਣ ਤਾਂ ਦੇਖ ਲਾ ਲੈ ਗੱਲਾਂ ਕਰਦੀ ਸਾਡਾ ਨੇ ਥੋੜਾ ਜਿਹਾ ਖਰਾਬ ਕਰਤਾ। ਮੈਂ ਕਹਿੰਦਾ ਮੈਨੂੰ ਫੜਾ ਕੱਦੂ ਭੈਣੇ, ਤੈਨੂੰ ਤਾਂ ਘੰਟਾ ਹੋ ਗਿਆ ਛਿੱਲੀ ਜਾਂਦੀ ਤੂੰ ਬੇਬੇ ਤੋਂ। ਤੂੰ ਬੇਬੇ ਤੋਂ ਉੱਤੋਂ ਉੱਤੋਂ ਕੋਈ ਨੀ ਬੇਬੇ, ਬੈਠੀ ਸੀ ਗੱਲ ਕਰ, ਫਿਰ ਤੁਸੀਂ ਉਦੋਂ ਗੱਲਾਂ ਕਰੀਆਂ ਨੀ ਸੀ, ਵਿੱਚ ਬੋਲਣ ਦਾ ਮੇਰਾ ਕੀ ਹੱਕ ਸੀ? ਮੈਂ ਚੱਲ ਉਹਨਾਂ ਨੇ ਕਰ ਲੈਂਦੇ ਗੱਲਾਂ, ਫਿਰ ਬਾਅਦ ਚ ਹੀ ਪੁੱਛ ਲੂੰਗੀ ਬੇਬੇ ਕੀ ਪੁੱਛਣਾ। ਉਹ ਤੂੰ ਐ ਦੱਸ, ਤੁਹਾਡੇ ਵੇਲੇ ਸੂਟ ਕਿਹੋ ਜਿਹੇ ਹੁੰਦੇ ਸੀ ਨੇ? ਬਰੀਆਂ ਕਿੰਨੀਆਂ ਹੁੰਦੀਆਂ ਸੀਗੀਆਂ ਤੁਹਾਡੇ ਵੇਲੇ? ਬਰੀਆਂ ਉਦੋਂ 7-8 ਢੋਂਦੇ ਹੁੰਦੇ। ਅੱਛਾ, 7-8 ਢੋਂਦੇ ਹੁੰਦੇ ਸੀ? ਤੇ ਫਿਰ ਉਹ ਪਾਉਂਦੇ ਕਾਹ ਚ ਹੁੰਦੇ ਸੀਗੇ? ਉਦੋਂ ਸੀਗੇ ਤਾਂ ਆਹੀ ਟਰੰਕ ਜੇ ਹੁੰਦੇ। ਅੱਛਾ, ਟਰੰਕ ਚ ਪਾਉਂਦੇ ਹੁੰਦੇ? ਹਾਂ, ਤੇ ਝੋਲੇ ਹੁੰਦੇ ਜਾਂ ਕੱਢਦੀਆਂ ਅੱਗੇ ਤਾਂ ਬੁੜੀਆਂ ਸੂਤੀ ਦੇ ਝੋਲੇ। ਅੱਛਾ ਬੇਬੇ, ਇਹ ਵੀ ਕੱਢਦੀਆਂ ਹੁੰਦੀਆਂ? ਹਾਂ, ਹੁਣ ਤਾਂ ਬੈਗ ਚੱਲ ਗਏ। ਹੁਣ ਤਾਂ ਬੇਬੇ ਫਿਰ ਪੁੱਠੇ ਹੀ ਰਿਵਾਜ ਆ, ਹੁਣ ਤਾਂ ਦੂਜਾ ਪਾਰਸੀਏ ਲੈ ਜਾਂਦੀਆਂ ਬੈਗ ਲੈ। ਹਾਂ, ਹੁਣ ਤਾਂ ਕੁੱਡੀਆਂ ਅਰਕਾਨ ਕਹਾਉਂਦੀਆਂ। ਕੋਈ ਪੈਰਾਂ ਚ ਪਾਉਣ ਵਾਸਤੇ ਵੀ ਗਹਿਣਾ ਹੁੰਦਾ ਸੀਗਾ? ਹਾਂ ਬੱਤ, ਪਜੇਬਾਂ ਹੁੰਦੀਆਂ ਸੀ। ਅੱਛਾ ਬੇਬੇ, ਉਹ ਤਾਂ ਹੁੰਦੀਆਂ ਸੀ ਪਾਈਏ ਪੱਕੇ ਦੀਆਂ, ਇਹੋ ਜਿਹੀਆਂ ਨੀ ਸੀ? 5-4 ਤੋਲਿਆਂ ਦੀਆਂ ਹੋਣਗੀਆਂ। ਹਾਂ, ਫਿਰ ਹੁਣ ਤਾਂ ਇਹੋ ਜਿਹੇ ਪਾਉਂਦੇ ਆ। ਦੋਵੇਂ ਘੁੰਗਰੂ ਚਨੇ ਹੁੰਦੇ ਆ, ਇੰਨੇ ਥਾਂ ਤਾਂ ਘੁੰਗਰੂ ਹੀ ਹੁੰਦੇ। ਅੱਛਾ, ਇੰਨੀਆਂ ਮੋਟੀਆਂ ਹੁੰਦੀਆਂ? ਹਾਂ, ਉਹ ਤਾਂ ਪਾਈਏ ਪੱਕਾ, ਪਾਈਏ ਪਤਾ ਕਿੰਨਾ ਹੁੰਦਾ ਤੇ ਉਹਨੇ ਦੀਆਂ ਸੀਗੀਆਂ, ਭਾਰੀਆਂ ਹੁੰਦੀਆਂ, ਭਾਰੀਆਂ ਹੁੰਦੀਆਂ। ਬੇਬੇ ਇੱਕ ਮੈਂ ਤੈਨੂੰ ਹੋਰ ਪੁੱਛਦੀ ਆ, ਜਦੋਂ ਚੂੜੇ ਕਿਹੋ ਜਿਹੇ ਪਾਉਂਦੇ ਹੁੰਦੇ ਸੀ? ਚੂੜੇ ਕਿਹੜੇ ਹੁੰਦੇ ਸੀ? ਤਾਂ ਆਮ ਚੂੜੀਆਂ ਹੁੰਦੀਆਂ। ਅੱਛਾ, ਆਮ ਚੂੜੀਆਂ ਹੁੰਦੀਆਂ? ਹਾਂ, ਆਮ ਚੂੜੀਆਂ ਨੀ ਸੀ ਉਦੋਂ, ਚੂੜੇ ਚਾੜੇ ਚੱਲੇ। ਹੁਣ ਤਾਂ ਫਿਰ ਇਹੋ ਜਿਹੇ ਪਾਉਂਦੇ ਆ? ਆਹੋ, ਇਹ ਜਾਂ ਕੁਛ ਨੀ ਸੀ, ਹੁਣ ਤਾਂ ਪਾ ਦਿੰਦੇ ਆ ਘੱਗਰੀਆਂ ਜੀਆਂ ਗੱਡੀਆਂ ਵਾਲਿਆਂ ਨੇ ਪਾਈਆਂ ਹੁੰਦੀਆਂ, ਜਿਵੇਂ ਅੱਗੇ ਸਲਵਾਰ ਸੂਟ ਹੁੰਦਾ। ਅੱਛਾ, ਸਲਵਾਰ ਸੂਟ ਪਾਉਂਦੇ ਹੁੰਦੇ ਸੀ? ਹਾਂ। ਤੇ ਪਾਰਲਰ ਪੂਲਰ ਤੇ ਨਹੀਂ ਸੀ ਤਿਆਰ ਕਰਦੇ? ਉਹ ਕਿਹੜੇ ਪਾਰਲਰ ਸੀ ਉਦੋਂ, ਉਹ ਤਾਂ ਬਸ ਆਏ ਆਪਣਾ ਕੰਮ ਧੰਦਾ ਕਰਦੀਆਂ, ਜਿਹੜੇ ਰਾਜੇ ਹੁੰਦੇ ਆਪਾਂ ਹੁਣ ਨਾਈ ਕਹਿੰਦੇ, ਰਾਜੇ ਕਹਿੰਦੇ ਨੇ। ਹਾਂ ਬੇਬੇ, ਉਹੀ ਕਰਦੀਆਂ ਸਿਰ ਸਿਰ, ਉਹੀ ਬਾਉਂਦੀਆਂ। ਅੱਛਾ, ਉਹੀ ਨਾਈ ਤੋਂ ਹੀ ਕਰਦੇ, ਘਰੇ ਤਿਆਰ ਕਰ ਦਿੰਦੇ? ਹਾਂ, ਉਹੀ ਨਾਈ ਤੋਂ ਹੀ ਕਰਦੀ। ਅੱਛਾ, ਉਹੀ ਨਾਈ ਤੋਂ ਹੀ ਕਰ ਦਿੰਦੇ? ਹਾਂ। ਤੇ ਨਾਈ ਤੋਂ ਹੀ ਕਿਵੇਂ ਕਰਦੇ ਹੁੰਦੇ ਸੀ? ਨਾਈ ਤੋਂ ਹੀ ਵਧੀਆ ਕਰਦੀਆਂ, ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਸਾਰੇ ਇਕੱਠੇ ਹੋ ਜਾਂਦੇ। ਨਾਈ ਤੋਂ ਹੀ ਤੈਮੀ ਹੁੰਦੀ ਸੀ ਕਮਲ ਗਿਆ, ਜਿਵੇਂ ਆਪਣੀ ਹੋਈ। ਰਿਵਾਜ ਬਹੁਤ ਚੱਲਦਾ, ਗੀਤ ਗਾਉਂਦੀਆਂ ਕੁੜੀਆਂ। ਹੋ ਗਿਆ ਗੀਤ ਗਾਉਂਦਾ, ਗੀਤ ਗਾਉਂਦੇ ਕੋਈ ਪਹਿਲਾਂ ਆਏ ਹੁੰਦੀਆਂ ਸੀ, ਹੁਣ ਤਾਂ ਆਪਣੇ ਤਾਂ ਕਿਵੇਂ ਰਿਵਾਜ ਹੋ ਗਿਆ, ਦਿਲ ਕਿੰਨਾ ਕੁਛ ਕਰਦੇ ਨਾਈ ਧੋਈਆਂ ਤੇ। ਨਾਈ ਤੋਂ ਹੀ ਤਾਂ ਹੁਣ ਵੀ ਹੁੰਦੀ ਹੈ, ਜਿਹੜੀਆਂ ਪੁਰਾਣੀਆਂ ਬੁੜੀਆਂ ਤਾਂ ਗੀਤ ਗਾਉਂਦੀਆਂ, ਜੇ ਤੈਨੂੰ ਤੇ ਮੈਨੂੰ ਨੀ ਆਉਂਦੇ। ਹਾਂ, ਉਹ ਤਾਂ ਗਾਉਂਦੇ ਜੋ ਗੁੱਤ ਖੋਦੇ, ਉਹ ਕਹਿੰਦੇ ਮੇਰੀ ਨਿੱਕੀ ਨਿੱਕੀ ਮੀਡੀ ਨਾ ਖੋਲ ਮਾਈ। ਅੱਛਾ ਬੇਬੇ, ਮੀਡੀਆਂ ਵੀ ਕਰਦੇ? ਹਾਂ, ਮੇਰੇ ਸਕੀਏ ਸੇ ਲੜੀਏ, ਮੇਰੀ ਨਿੱਕੀ ਨਿੱਕੀ ਮੀਡੀ ਨਾ ਖੋਲ। ਅੱਛਾ, ਨਿੱਕੀਆਂ ਨਿੱਕੀਆਂ ਮੀਡੀਆਂ ਕਰਦੀ? ਹਾਂ, ਕਿ ਗੁੰਦਦੇ ਤੇ ਗੂੰਦ ਪਾ ਰਿਹਾ। ਗੀਤ ਹੁੰਦੇ ਮੀਡੀਆਂ ਵੀ ਹੁੰਦੀਆਂ, ਫਿਰ
ਮੀਡੀਆ ਕਰਕੇ ਸਿਰ ਗੁੰਦ ਜਾਂਦੀਆਂ ਬੁੜੀਆਂ। ਅੱਛਾ ਬੇਬੇ, ਫਿਰ ਤੇਰਾ ਸਿਰ ਕਿਵੇਂ ਬਾਹਿਆ ਸੀਗਾ ਉਦੋਂ ਵਿਆਹ ਵੇਲੇ? ਹੁਣ ਰਿਵਾਜ ਪਹਿਲਾਂ ਹੀ ਘਰ ਵਾਲੇ ਨੂੰ ਮੂਹਰੇ ਬਿਠਾ ਲੈਂਦੇ। ਲੈ ਕੇ ਕਾਹਤੇ ਜਾਂਦੇ ਹੁੰਦੇ ਸੀ ਸੋਨੂੰ? ਰਾਤ ਨੀ ਹੁੰਦੇ ਸੀ? ਰਾਤ ਤਾਂ ਵੱਡੇ ਘਰ ਲਿਆਉਂਦੇ ਪੁੱਤ, ਰਾਜੇ ਰਾਜੇ ਰੂਜਿਆਂ ਦੇ ਹੁੰਦੇ, ਘਰ ਨੀ ਲਿਆਂਦਾ ਸੀ। ਹਰੇਕ ਘਰ ਕਿੱਥੇ ਰਾਤ ਹੁੰਦੇ, ਹੁਣ ਗਰੀਬ ਗੁਰਬਾ ਕਿੱਥੋਂ ਰਾਤ ਲੈ ਜਾਂਦਾ? ਗਰੀਬ ਗੁਰਬਿਆਂ ਕੋਲ ਕਿੱਥੇ ਸੀਗੇ ਰਾਤ? ਨਾ ਫਿਰ ਆਪਾਂ ਕਿਹੜਾ ਗਰੀਬ ਸੀਗੇ ਜਮਾ? ਨਹੀਂ ਪੁੱਤ, ਉਹ ਸੂਮ ਵਾਹੇ ਸੀ ਬੁੜੇ ਬੁੜੇ ਅੱਗੇ। ਅੱਗੇ ਜਿਵੇਂ ਬੁੜਾ ਕਿਹੜਾ ਕਹਿ ਦਿੰਦਾ, ਮੁੜ ਕੇ ਬੁੜੀ ਦੀ ਆਸਤੀ ਨੀ ਸੀ ਬੋਲਣ ਦੀ, ਬੋਲਦੇ ਨੀ ਸੀ। ਹਾਂ ਮੂਹਰੇ ਨੀ ਬੋਲਦੀਆਂ ਸੀ ਅੱਗੇ ਬੁੜੀਆਂ। ਹਾਂ ਤਾਂ ਇਹ ਤਾਂ ਹੁਣ ਤਲਾਕ ਹੋ ਜਾਂਦੇ ਆ, ਅੱਗੇ ਕਿੱਥੇ ਬੋਲਦੀਆਂ ਸੀ ਬੁੜੀਆਂ? ਸੱਸ ਤਾਂ ਚੰਗੀ ਸੀ, ਸੱਸਾਂ ਕਿੱਥੇ ਚੰਗੀਆਂ ਸੀ? ਅੱਗੇ ਨਾ ਸੱਸਾਂ ਲੱਸੀ ਨਾ ਪਾਉਣ ਦਿੰਦੀਆਂ ਰਿੜਕਣੇ, ਇੰਨੀਆਂ ਭੇੜੀਆਂ ਹੁੰਦੀਆਂ। ਹਾਂ ਹੁਣ ਤਾਂ ਆਪੇ ਆਉਂਦੀਆਂ ਦੀ ਮੁਖਤਿਆਰੀ ਹੋ ਜਾਂਦੀ ਹੈ, ਤੇ ਅੱਗੇ ਬੁੜੀ ਲਾ ਆਪ ਸੱਸ ਲੱਸੀ ਪਾਉਂਦੀ, ਗੋਆ ਕੂੜਾ ਸਿੱਟ ਕੇ ਆਉਂਦੀ ਤੈਨੂੰ। ਹਾਂ ਤੇ ਕਿਉਂ ਹੱਥ ਨਾ ਪਾਉਂਦੀ ਆਪਦੇ ਹੱਥ ਨਾਲ ਸਾਰੇ ਪਰਿਵਾਰ ਨੂੰ ਬੁੜੀ? ਮਧਾਣੀ ਪਾਉਂਦੀਆਂ ਬੁੜੀਆਂ, ਬੰਦੇ ਹਲ ਜੋੜ ਕੇ ਪਾ ਜਾਂਦੇ ਉੱਠਾਂ ਦੇ। ਅੱਛਾ ਉੱਠ ਲੈ ਕੇ ਜਾਂਦੇ, ਉੱਠਾਂ ਨਾਲ ਹਲ ਜੋੜਦੇ ਸੀ। ਉੱਠਦੇ ਮਗਰ ਪਾ ਲਾਂਦੇ। ਅੱਛਾ ਉੱਠਦੇ ਮਗਰ ਪਾ ਕੇ ਤੇ ਫਿਰ ਉਹਦਾ ਕਣਕ ਦਾ ਵਿਛਾ ਲਾਂਦੇ ਚੌੜੀ ਕਰਕੇ, ਤੇ ਪਿੜ ਹੁੰਦੇ ਪਾਏ ਪਿੜ, ਤੇ ਉਹ ਫਿਰ ਉੱਠ ਨਾਲ ਉਹਨੂੰ ਗਾਹੀ ਜਾਂਦੇ। ਸਾਡੇ ਵਰਗੇ ਜਵਾਕ ਉਹਦੇ ਚੜ ਜਾਂਦੇ ਫੜੇ ਤੇ ਝੂਟੇ ਲੈਂਦੇ, ਹੋਰ ਫੜੇ ਤੇ ਚੜਾਂਗੇ, ਫੜੇ ਤੇ ਧੁੱਪ ਪੈਂਦੀ, ਕੋਈ ਧੁੱਪ ਨਾ ਲੱਗਦੀ। ਮਿੱਟੀਆਂ ਲਾਉਂਦੇ ਹੁੰਦੇ ਸੀ ਹਨਾ? ਹਾਂ ਮਿੱਟੀਆਂ ਬਥੇਰਾ ਕੋਠਿਆਂ ਦੇ, ਕੱਚੇ ਕੋਠੇ ਸੀ ਫਿਰ, ਕੱਚੀਆਂ ਕੰਧਾਂ ਹੁੰਦੀਆਂ। ਹੁਣ ਜੇ ਕੱਚੇ ਘਰ ਹੋਣ ਕਿੱਡੇ ਸੋਹਣੇ ਲੱਗਦੇ ਹੋਣਗੇ, ਲਿਪ ਪਹੁੰਚ ਕੇ ਠੰਡੇ ਠੰਡੇ ਹੋ ਜਾਂਦੇ। ਕਰਦੀਆਂ ਕਹਿੰਦੇ ਵੀ ਰੰਗ ਵੀ ਕਰ ਲਾਂਦੇ, ਰੰਗ ਕਰ ਲੈਂਦੇ ਨੇ, ਠੰਡਾ ਹੁੰਦਾ ਕੱਚਾ ਘਰ, ਪੱਥਰ ਤਪਣ ਲੱਗ ਗਿਆ। ਬੇਬੇ ਥੱਕ ਗਈਆਂ ਨੀ, ਸਿਰ ਦੁਖਣ ਲੱਗ ਗਿਆ। ਮਿੱਟੀ ਮੁੱਟੀ ਲਾਉਂਦਾ ਉਦੋਂ ਤਾਂ ਕਿੰਨੇ ਵਧੀਆ ਰਿਵਾਜ ਹੁੰਦੇ ਸੀ, ਮਿੱਟੀਆਂ ਮਿੱਟੀਆਂ ਠੰਡੇ ਘਾਣ ਬਣਾ ਲਾਂਦੇ ਬੁੜੇ। ਗੱਲਾਂ ਬਹੁਤ ਹੋ ਗਈਆਂ ਭੈਣੇ, ਐ ਕਰ
ਚਾਹ ਬਣਾ ਕੇ ਲਿਆ ਵਧੀਆ ਜੀ ਬਣਾ ਲਿਆ ਚਾਹ ਲੈਣੇ ਆ ਸਬਜ਼ੀ ਧੱਕਿਆ ਉੱਤੇ ਥਾਲ ਦੇ ਤੇ ਫਿਰ ਦੱਸ ਪੁਰਾਣੀਆਂ ਗੱਲਾਂ ਫੇਰੀਆਂ ਹਰੇ ਪੁਰਾਣੀਆਂ ਗੱਲਾਂ ਚਾਹ ਠੀਕ ਆ ਹੋਰ ਪੁਰਾਣੀਆਂ ਗੱਲਾਂ ਤੇ ਮੈਂ ਲਿਆਉਣੀ ਕੱਪੜੇ ਲਾ ਕੇ ਤੇ ਤੂੰ ਚਾਹ ਬਣਾ ਲੈ ਵਧੀਆ ਜੀ ਚੱਲ ਮੈਂ ਚਾਹ ਬਣਾ ਕੇ ਲਿਆਉਣੀ ਆ ਸੌਣਾ ਨਹੀਂ ਚਾਹ ਪੀ ਕੇ ਸੌਂ ਜੀ ਵਧੀਆ ਕਰਕੇ ਲਿਆ ਕੁੜੇ ਚੰਗਾ ਵਧੀਆ ਕਰ ਲੈ ਲੈ ਇਹਨਾਂ ਵਿਚਾਰੀਆਂ ਨੂੰ ਪਤਾ ਹੀ ਨੀ ਕਾਸੇ ਦਾ ਪੁਰਾਣੇ ਰਿਵਾਜ ਦਾ ਪੁਰਾਣੇ ਰਿਵਾਜ ਕਿੱਥੇ ਉਹ ਜੇ ਰਿਵਾਜ ਹੋਣ ਤੇ ਫਿਰ ਗੱਲਾਂ ਕਾਹਦੀਆਂ